ਤਾਂ ਕਰਕੇ ਥੋੜਾ ਟਾਈਮ ਲੱਗ ਗਿਆ। ਤੇ ਉਹਦੀ ਮਾਂ ਨੇ ਗਲਤ ਨਹੀਂ ਕੀਤੀ ਕੋਈ? ਨਹੀਂ ਨਹੀਂ ਗੱਲ ਗੋਲ ਨਹੀਂ ਕੋਈ ਕੀਤੀ, ਮੈਂ ਤਾਂ ਨਿਕਲ ਆਇਆ ਫਟਾਫਟ ਉੱਥੋਂ। ਅੱਛਾ ਅੱਛਾ। ਵੈਸੇ ਦੀਦੀ ਹੁਣ ਤੁਸੀਂ ਕਿੰਨੇ ਕੁ ਦਿਨ ਰਹਿਣਾ? ਭਾਬੀ ਇਹ ਤਾਂ ਮੈਨੂੰ ਪਤਾ ਨਹੀਂ ਆ, ਮੰਮੀ ਦੀ ਗੱਲ ਹੋਈ ਸੀ ਮੇਰੀ ਸੱਸ ਨਾਲ, ਉਹਨਾਂ ਦੱਸਿਆ ਨਾ ਮੰਮੀ ਨੂੰ ਕਿੰਨੇ ਕੁ ਦਿਨ ਵਾਸਤੇ ਆਈ ਮੈਂ। ਨਹੀਂ ਨਹੀਂ ਦੀਦੀ ਉਹ ਤਾਂ ਹੈ ਹੀ ਆ, ਮੈਂ ਤਾਂ ਕਹਿਣ ਡਈ ਸੀ ਵੀ ਹੁਣ ਮਾਂ ਪਿਓ ਤੇ ਭਰਾ ਭਰਜਾਈ ਵੀ ਕਿੰਨਾ ਕੁ ਚਿਰ ਸਾਥ ਦੇ ਦੇਣਗੇ, ਤੇ ਉੱਥੇ ਬੈਠੀਆਂ ਫਿਰ ਅਸੀਂ ਗੱਲਾਂ ਗੁੱਲਾਂ ਕਰਨ ਲੱਗ ਗਈਆਂ। ਅੱਛਾ ਅੱਛਾ, ਤਾਂ ਹੀ ਬੜੀ ਖੁਸ਼ ਲੱਗਣ ਡਈ ਮੇਰੀ ਧੀ, ਤੇ ਲਿਆ ਭੁਜੀਆ ਫੜਾ, ਮੈਂ ਤਾਂ ਚਾਹ ਕਦੋਂ ਦੀ ਬਣਾ ਕੇ ਬੈਠੀ ਆ। ਉਹਦੇ ਸਾਰੀ ਮੈਂ ਹੀ ਸਕੀਮ ਲਾਈ ਆ, ਤੂੰ ਤੇ ਡਰਾਈਵਰ ਬਣ ਕੇ ਛੱਡ ਕੇ ਆਏ ਗੱਡੀ ਵਿੱਚ, ਮੇਰੇ ਤੋਂ ਬਿਨਾਂ ਨਾ ਇਹ ਕੰਮ ਹੋਣਾ ਵੀ ਨਹੀਂ ਤੇਰਾ, ਹੋਰ ਕਿਸੇ ਨਾਲ ਭੇਜ ਦੇਣਾ ਸੀ ਦੱਸ। ਡੱਫ ਕੇ ਤੇ ਆ ਗਿਆ ਫੇਰ, ਪੈ ਜਾ ਹੁਣ ਇੱਥੇ ਲੰਮੇ। ਤੈਨੂੰ ਮੈਂ ਕਿਹਾ ਸੀ ਨਾ ਵੀ ਅੱਜ ਸ਼ਰਾਬ ਨਾ ਪੀ ਕੇ ਆਵੀਂ, ਤੂੰ ਆਉਂਦਾ ਸੀ ਵੀ ਮੰਮੀ ਅੱਜ ਨਹੀਂ ਪੀ ਕੇ ਆਉਂਦਾ। ਸੌਂ ਜਾ ਹੁਣ, ਮੈਂ ਤੇਰੇ ਨਾਲ ਨਾ ਸਵੇਰੇ ਨਜਿੱਠਾਂਗੀ। ਤੂੰ ਤੂੰ ਮੇਰੇ ਨਾਲ ਹੁਣੇ ਕਰ ਲਾ ਗੱਲ ਜਿਹੜੀ ਕਰਨੀ ਆ। ਸਵੇਰੇ ਸਵੇਰੇ ਕੀ ਨਜਿੱਠਣਾ, ਮੈਂ ਡਰਦਾ ਤੇਰੇ ਤੋਂ? ਨਹੀਂ ਤੇ ਮੈਂ ਤੇਰੇ ਕੋਲ ਡਰਦੀ ਆ। ਉਹਦੇ ਯਾਰਾਂ ਦੋਸਤਾਂ ਨੇ ਧੱਕੇ ਨਾਲ ਪਿਆ ਦਿੱਤੀ ਮੈਨੂੰ। ਧੱਕੇ ਨਾ ਤੈਨੂੰ ਕਿੱਦਾਂ ਪਿਆ ਦਿੱਤੀ, ਤੇਜਿੰਦਰ ਜੇ ਪੀਣੀ ਵੀ ਹੁੰਦੀ ਆ ਨਾ ਥੋੜੀ ਪੀ ਲਿਆ ਕਰ। ਤੇ ਮੰਮੀ ਹੁਣ ਮੈਂ ਕੀ ਕਰਾਂ, ਉਹ ਮੈਨੂੰ ਕਹਿੰਦੇ ਵੀ ਹੁਣ ਤਾਂ ਤੇਰੀ ਭਾਬੀ ਵੀ ਚੱਲ ਗਈ ਆ, ਹੁਣ ਤੇ ਸਾਰੀ ਜਾਇਦਾਦ ਦਾ ਮਾਲਕ ਤੂੰ ਆ ਇਕੱਲਾ ਹੀ। ਅੱਛਾ, ਪਾਰਟੀ ਹੋਣੀ ਚਾਹੀਦੀ ਆ ਤਾਂ ਹੀ ਤੂੰ ਪੀਣਾ ਆ। ਵੇਖ ਮੈਂ ਤੇਰੇ ਕਰਕੇ ਨਾ ਨਮਨ ਨੂੰ ਤੇ ਸੰਦੀਪ ਨੂੰ ਵੀ ਘਰੋਂ ਕੱਢਿਆ ਆ, ਤੇ ਹੁਣ ਹੀ ਤੂੰ ਬੰਦਾ ਬਣ ਜਾ, ਕੁੜੀ ਕੌਣ ਦਊਗਾ ਤੈਨੂੰ? ਮੰਮੀ ਅੱਗੇ ਵੀ ਮੈਂ ਬੰਦਾ ਹੀ ਆ, ਮੈਂ ਕਿਹੜਾ ਡੋਗੀ ਆ ਡੋਗੀ। ਭੌਂਕਦਾ ਵੇਖ ਅੱਗੋਂ ਕਿੱਦਾਂ ਆ। ਜਿਹੜਾ ਮੇਰਾ ਪੁੱਤ ਚੰਗਾ ਤੇ ਭਲਾ ਮਾਲ ਸੀ ਉਹਨੂੰ ਤੂੰ ਲੈ ਗਿਆ, ਜਿਹੜਾ ਕਿਤੇ ਸਿਰੇ ਦਾ ਸ਼ਰਾਬੀ ਇਹਨੂੰ ਤਾਂ ਕੁਛ ਵੀ ਨਹੀਂ ਹੁੰਦਾ ਕਿਤੇ, ਇਹਨੂੰ ਤਾਂ ਰੱਬਾ ਤੋਂ ਕੁਛ ਵੀ ਨਹੀਂ ਕੀਤਾ। ਕੀ ਕਰਾਂ ਮੈਂ ਤਾਂ ਦੁਖੀ ਹੋ ਗਈ ਹਾਂ, ਇਹ ਮੁੰਡੇ ਨੇ ਤਾਂ ਕਿਤੇ ਰੋਜ਼ ਦਾ ਹੀ ਕੰਮ ਫੜ ਲਿਆ, ਕੀ ਬਣੂ ਸਾਡਾ ਰੱਬਾ। ਵੈਸੇ ਵਧੀਆ ਕੀਤਾ ਮੰਮ ਜੀ ਮੈਂ ਤੁਹਾਡੇ ਕੋਲ ਆ ਗਈ ਹਾਂ। ਸੰਦੀਪ ਮੈਂ ਤਾਂ ਤੈਨੂੰ ਪਹਿਲਾਂ ਕਹਿੰਦੀ ਹੁੰਦੀ ਸੀ ਵੀ ਦੋ ਚਾਰ ਦਿਨ ਧੀਏ ਇੱਥੇ ਆ ਜਾ, ਮਨ ਹੋਰ ਦਾ ਹੋਰ ਹੋ ਜਾਂਦਾ, ਪਰ ਤੂੰ ਤਾਂ ਮੰਨਦੀ ਨਹੀਂ ਮੇਰੀ ਗੱਲ। ਹਾਂਜੀ ਮੰਮ ਜੀ, ਉੱਥੇ ਮੈਂ ਨਾ ਹਰਜਿੰਦਰ ਦੀਆਂ ਯਾਦਾਂ ਵਿੱਚ ਹੀ ਖੋਈ ਰਹਿੰਦੀ ਸੀ। ਉੱਥੇ ਬਹੁਤੇ ਉਹ ਤਾਂ ਹੈ ਵਾ, ਪਰ ਇੱਦਾਂ ਕਿੱਦਾਂ ਟਾਈਮ ਪਾਸ ਹੋਣਾ ਵਾ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂਜੀ ਦੱਸੋ ਮੰਮ ਜੀ। ਤੂੰ ਐਡੀ ਲੰਮੀ ਜ਼ਿੰਦਗੀ ਕਿੱਦਾਂ ਕੱਢੇਂਗੀ, ਨਮਨ ਦੀ ਜ਼ਿੰਮੇਵਾਰੀ ਵੀ ਸਾਰੀ ਤੇਰੇ 'ਤੇ ਆ, ਅਤੇ ਤੂੰ ਤੀ ਆਪਣਾ ਕੁਛ ਸੋਚ। ਕੋਈ ਗੱਲ ਨਹੀਂ ਮੰਮ ਜੀ, ਮੈਂ ਨਾ ਆਪਣੀ ਸਾਰੀ ਜ਼ਿੰਦਗੀ ਹਰਜਿੰਦਰ ਦੀਆਂ ਯਾਦਾਂ ਵਿੱਚ ਕੱਢ ਲਵਾਂਗੀ। ਧੀਏ ਇਹ ਗੱਲਾਂ ਕਹਿਣੀਆਂ ਸੌਖੀਆਂ ਵਾ ਅਤੇ ਕਰਨੀਆਂ ਬਹੁਤ ਔਖੀਆਂ ਵਾ। ਕੀ ਸਲਾਹਾਂ ਕਰਨ ਡੀਆਂ ਮਾਵਾਂ ਦੀਆਂ? ਕੁਛ ਨਹੀਂ ਸਿੰਮੀ, ਅਤੇ ਦੀਦੀ ਨੂੰ ਮੈਂ ਸਮਝਾਉਣ ਡਈ ਸੀ ਐਡੀ ਲੰਮੀ ਜ਼ਿੰਦਗੀ ਤੂੰ ਇਕੱਲੀ ਕਿੱਦਾਂ ਕੱਢਣੀ ਆ ਅਤੇ ਆਪਣੇ ਬਾਰੇ ਕੁਛ ਸੋਚ। ਮੰਮੀ ਮੈਂ ਵੀ ਉਦਣ ਦੀਦੀ ਨੂੰ ਇਹੋ ਗੱਲ ਹੀ ਕਹਿਣੀ ਸੀ, ਪਰ ਮੈਂ ਕਹੀ ਨਹੀਂ, ਮੈਂ ਕਿਹਾ ਐਵੇਂ ਦੀਦੀ ਬੁਰਾ ਹੀ ਨਾ ਮੰਨ ਜਾਣ। ਚਲੋ ਤੁਸੀਂ ਦੋਵੇਂ ਮੇਰੇ ਬਾਰੇ ਸੋਚਦੇ ਜੇ ਨਾ ਇੰਨਾ ਹੀ ਬਹੁਤ ਮੇਰੇ ਵਾਸਤੇ, ਪਰ ਮੈਂ ਤੁਹਾਨੂੰ ਪਹਿਲਾਂ ਕਹਿ ਰਹੀ ਨਹੀਂ ਮੈਂ ਦੂਜਾ ਵਿਆਹ ਨਹੀਂ ਕਰਾਉਣਾ। ਦੀਦੀ ਤੁਸੀਂ ਸਮਝਦੇ ਨਹੀਂ ਹੈਗੇ, ਹਜੇ ਤਾਂ ਨਮਨ ਛੋਟਾ ਵਾ ਅਤੇ ਚੱਲੀ ਜਾਂਦਾ, ਗਾਂ ਗਾਂ ਨਮਨ ਨੇ ਵੀ ਵੱਡਾ ਹੋ ਜਾਣਾ ਅਤੇ ਕਿੱਦਾਂ ਇਹਦੀਆਂ ਪੜ੍ਹਾਈਆਂ ਦਾ ਖਰਚਾ ਕਰੋਗੇ, ਕਿੱਦਾਂ ਕਰੋਗੇ ਸਾਰਾ ਕੁਛ। ਕੋਈ ਗੱਲ ਨਹੀਂ ਭਾਬੀ ਜੀ, ਮੈਂ ਪੜ੍ਹੀ ਲਿਖੀ ਹੈ ਨਾ ਅਤੇ ਮੈਂ ਕੋਈ ਨੌਕਰੀ ਕਰਕੇ ਤਾਂ ਗੁਜ਼ਾਰਾ ਕਰ ਲਵਾਂਗੀ। ਧੀਏ ਪੈਸਾ ਤਾਂ ਕਮਾ ਲੇਂਗੀ ਅਤੇ ਜੀਵਨ ਸਾਥੀ ਵੀ ਬਹੁਤ ਜ਼ਰੂਰੀ ਆ, ਉਹਦੇ ਬਿਨੋਂ ਕਿੱਦਾਂ ਸਾਰੇਂਗੀ। ਕੋਈ ਗੱਲ ਨਹੀਂ ਮੰਮੀ ਜੀ, ਤੁਹਾਡਾ ਸਾਥ ਤਾਂ ਹੈਗਾ ਹੀ ਹੈ ਨਾ ਮੈਨੂੰ। ਤੁਸੀਂ ਧੀਏ ਕਿੰਨਾ ਕੁ ਚਿਰ ਵਿਆਹ ਰਹਿਣਾ ਵਾ, ਕੀ ਤਾਂ 2 ਸਾਲ ਜ਼ਿੰਦਗੀ ਹੈਗੀ ਆ ਕਿ ਨਹੀਂ ਹੈਗੀ? ਉਹ ਤਾਂ ਮੰਮੀ ਤੁਸੀਂ ਸਹੀ ਕਹਿੰਦੇ ਜੇ, ਪਰ ਮੰਮੀ ਤੁਹਾਨੂੰ ਕਹਿ ਤਾ ਕਿ ਮੈਂ ਦੂਜਾ ਵਿਆਹ ਨਹੀਂ ਕਰਾਉਣਾ। ਮੰਮੀ ਕੋਈ ਨਹੀਂ, ਆਪਾਂ ਦੀਦੀ ਨੂੰ ਥੋੜ੍ਹਾ ਟਾਈਮ ਦੇ ਦਿੰਦੇ ਹਾਂ, ਕੀ ਪਤਾ ਟਾਈਮ ਦੇ ਨਾਲ ਦੀਦੀ ਕੁਛ ਸਮਝ ਹੀ ਜਾਣ। ਹਾਂ ਸਿੰਮੀ ਗੱਲ ਤਾਂ ਤੇਰੀ ਸਹੀ ਹੈ। Thank you.
ਇਹਨਾਂ ਨੇ ਨਾ ਫੋਨ ਕਰ ਕਰਕੇ ਤੇ ਦੁਖੀ ਕਰ ਮਾਰਿਆ। ਮੈਂ ਤਜਿੰਦਰ ਨਾਲ ਗੱਲ ਕਰਦੀ ਹਾਂ। ਤਜਿੰਦਰ, ਸੰਦੀਪ ਦੀ ਮਾਂ ਮੈਨੂੰ ਬਾਰ ਬਾਰ ਫੋਨ ਕਰੀ ਜਾਂਦੀ ਹੈ ਤੇ ਮੈਂ ਨਹੀਂ ਚੁੱਕਿਆ। ਹੁਣ ਤੂੰ ਦੱਸ ਮੈਂ ਇਹਨੂੰ ਕੀ ਜਵਾਬ ਦੇਵਾਂ? ਤੇ ਮੰਮੀ, ਤੁਸੀਂ ਉਹਨਾਂ ਨੂੰ ਸਿੱਧਾ ਸਿੱਧਾ ਦੱਸ ਦਿਓ ਹਾਂ ਵੀ ਅਸੀਂ ਹੁਣ ਨਹੀਂ ਲੈ ਕੇ ਜਾਣਾ ਉਹਨੂੰ। ਚੱਲ ਠੀਕ ਹੈ, ਮੈਂ ਇੱਦਾਂ ਹੀ ਕਹਿੰਦੀ ਹਾਂ ਫਿਰ। ਕਹਿ ਦਿਓ ਕੋਈ ਨਹੀਂ। ਭੈਣ ਜੀ ਦਾ ਫੋਨ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤਾਂ ਤੁਹਾਡਾ ਹੀ ਫੋਨ ਉਡੀਕਣ ਡਈ ਸੀ। ਕਿੰਨੇ ਦਿਨ ਹੋ ਗਏ ਕੁੜੀ ਆਈ ਨੂੰ ਤੇ ਤੁਸੀਂ ਕਿਤੇ ਫੋਨ ਹੀ ਨਹੀਂ ਕੀਤਾ ਮੁੜ ਕੇ। ਆਹੋ ਭੈਣ ਜੀ, ਮੈਂ ਵੀ ਤੁਹਾਨੂੰ ਦੱਸਣਾ ਸੀ, ਮੈਂ ਤਜਿੰਦਰ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦਾ ਸੀ ਕਿ ਮੰਮੀ ਤੁਸੀਂ ਨਾ ਸਾਫ਼ ਸਾਫ਼ ਉਹਨਾਂ ਨੂੰ ਕਲੀਅਰ ਦੱਸ ਦਿਓ ਵੀ ਅਸੀਂ ਨਹੀਂ ਇਹਨਾਂ ਨੂੰ ਖੜ ਸਕਦੇ। ਭੈਣ ਜੀ, ਇਹ ਕੀ ਕਹਿਣ ਡਏ ਤੁਸੀਂ? ਭੈਣ ਜੀ, ਤੁਹਾਨੂੰ ਵੀ ਪਤਾ ਆ ਵੀ ਸਾਡੀ ਕਿਹੜਾ ਕਮਾਈ ਦਾ ਕੋਈ ਸਾਧਨ ਆ। ਅਸੀਂ ਤੇ ਆਪਣਾ ਮਾਂ ਪੁੱਤ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਨ ਡੇ, ਸਾਡੀ ਕਿਹੜੀ ਕੋਈ ਜ਼ਮੀਨ ਆ ਇੱਥੇ। ਭੈਣ ਜੀ, ਇੱਦਾਂ ਨਾ ਕਰੋ, ਇਹਨਾਂ ਦਾ ਕੁਝ ਸੋਚੋ ਤੁਸੀਂ। ਨਹੀਂ ਭੈਣ ਜੀ, ਤੁਸੀਂ ਆਪਣੇ ਦੋਹਤੇ ਨੂੰ ਤੇ ਆਪਣੀ ਕੁੜੀ ਨੂੰ ਆਪਣੇ ਕੋਲ ਰੱਖੋ, ਬਸ ਮੈਂ ਤੁਹਾਨੂੰ ਇਹ ਕਹਿਣਾ ਸੀ, ਬਸ ਕਹਿ ਦਿੱਤਾ। ਹੈਲੋ ਹੈਲੋ ਭੈਣ ਜੀ, ਹੈਲੋ ਭੈਣ ਜੀ, ਹੈਲੋ, ਕੀ ਹੋਇਆ ਮੰਮੀ ਜੀ? ਕਿਹੜਾ ਫੋਨ ਹੈ, ਸਭ ਠੀਕ ਠਾਕ ਤਾਂ ਹੈ? ਕੁਛ ਨਹੀਂ ਸੰਦੀਪ, ਠੀਕ ਕੀ ਆ, ਕੁਛ ਨਹੀਂ ਠੀਕ। ਤੇਰੀ ਸੱਸ ਦਾ ਫੋਨ ਨਹੀਂ ਹੈਗਾ? ਕੀ ਕਹਿੰਦੇ ਆ? ਉਹ ਕਹਿੰਦੇ ਅਸੀਂ ਇਹਨਾਂ ਨੂੰ ਲੈ ਕੇ ਨਹੀਂ ਜਾ ਸਕਦੇ, ਨੰਬਰ ਨੂੰ ਸੰਦੀਪ ਨੂੰ ਇੱਥੇ ਰੱਖੋ। ਮੰਮੀ ਜੀ, ਉਹਨਾਂ ਨੇ ਨਾ ਫਿਰ ਬਹਾਨੇ ਨਾਲ ਹੀ ਭੇਜਿਆ ਮੈਨੂੰ ਤੇ ਨੰਬਰ ਨੂੰ ਇੱਥੇ। ਮੰਮੀ, ਇਹ ਵੀ ਕੋਈ ਬੰਦਿਆਂ ਵਾਲੀ ਗੱਲ ਆ, ਉਹ ਇੱਦਾਂ ਕਿੱਦਾਂ ਕਰ ਸਕਦੇ ਨੇ? ਸਿੰਮੀ, ਕੀ ਕਰ ਸਕਦੇ ਹਾਂ ਹੁਣ ਅਸੀਂ? ਅਸੀਂ ਧੀ ਵਾਲੇ ਹਾਂ, ਨਾ ਸਾਡਾ ਜਵਾਈ ਰਿਹਾ, ਕਿਹਨੂੰ ਕਹੀਏ ਹੁਣ ਅਸੀਂ? ਮੰਮੀ, ਤੁਹਾਨੂੰ ਵੀ ਤਾਂ ਪਤਾ ਹੀ ਆ ਅਸੀਂ ਕਿਤੇ ਕਿੰਨੇ ਕੁ ਤਗੜੇ ਆ, ਸਾਡਾ ਤਾਂ ਆਪਣਾ ਰੋਟੀ ਦਾ ਗੁਜ਼ਾਰਾ ਇੰਨਾ ਔਖਾ ਚੱਲਦਾ ਏ। ਸਿੰਮੀ, ਹੁਣ ਕੀ ਕਰ ਸਕਦੇ ਹਾਂ, ਧੀ ਆ ਸਾਡੀ, ਧੱਕੇ ਮਾਰ ਕੇ ਥੋੜ੍ਹੀ ਕੱਢ ਸਕਦੇ ਹਾਂ ਘਰੋਂ ਅਸੀਂ। ਭਾਬੀ ਜੀ, ਤੁਸੀਂ ਟੈਨਸ਼ਨ ਨਾ ਲਓ, ਕੋਈ ਗੱਲ ਨਹੀਂ, ਮੈਂ ਆਪਣਾ ਗੁਜ਼ਾਰਾ ਨਾ ਆਪੇ ਕਰ ਲਵਾਂਗੀ ਨੌਕਰੀ ਕਰਕੇ। ਦੀਦੀ, ਮਹੀਨਾ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ, ਅੱਗੇ ਕਿਹੜਾ ਮੈਂ ਕਦੇ ਕਿਹਾ ਏ, ਪਰ ਹੁਣ ਹਾਲਾਤ ਹੀ ਇੱਦਾਂ ਦੇ ਨੇ ਕਿ ਮੈਨੂੰ ਹੁਣ ਕਹਿਣਾ ਹੀ ਪਿਆ। ਭਾਬੀ ਜੀ, ਮੈਨੂੰ ਵੀ ਪਤਾ ਕਿ ਵੀਰਾ ਕਿੰਨੀ ਮਿਹਨਤ ਕਰਕੇ ਕਿੱਦਾਂ ਇੱਥੇ ਪੈਸੇ ਭੇਜਦਾ ਵਾ। ਬਸ ਤੁਸੀਂ ਮੈਨੂੰ ਇੱਕ ਕਮਰਾ ਰਹਿਣ ਵਾਸਤੇ ਦੇ ਦਿਓ, ਮੈਂ ਆਪਣਾ ਗੁਜ਼ਾਰਾ ਆਪੇ ਕਰੀ ਜਾਵਾਂਗੀ। ਅਤੇ ਜੇ ਬਹੁਤੀ ਗੱਲ ਹੋਈ ਨਾ, ਮੈਂ ਆਪਣਾ ਗੁਜ਼ਾਰਾ ਕਰਨ ਲਈ ਨੌਕਰੀ ਵੀ ਕਰਾਂਗੀ ਅਤੇ ਕਿਰਾਏ 'ਤੇ ਵੀ ਰਹਿ ਲਵਾਂਗੀ। ਧੀਏ, ਤੂੰ ਵੀ ਕਿਰਾਏ 'ਤੇ ਰਹਿਣਾ, ਇਹ ਤੇਰਾ ਘਰ ਵਾ, ਜਿੰਨਾ ਤੇਰੇ ਭਰਾ ਦਾ ਹੱਕ ਵਾ ਨਾ, ਉਨਾ ਤੇਰਾ ਹੱਕ ਵਾ ਇਹ ਘਰ 'ਤੇ। ਤੂੰ ਜਿੰਨਾ ਚਿਰ ਜੀ ਕਰਦਾ ਨਾ ਇੱਥੇ ਰਹਿ, ਤੂੰ ਕੋਈ ਤੈਨੂੰ ਕੁਛ ਨਹੀਂ ਕਹਿੰਦਾ। ਪਰ ਮੰਮੀ ਜੀ, ਆਪਣਾ ਗੁਜ਼ਾਰਾ ਕਰਨ ਵਾਸਤੇ ਹੁਣ ਨੌਕਰੀ ਤਾਂ ਮੈਨੂੰ ਕਰਨੀ ਪੈਣੀ ਨਾ। ਇਹ ਤੂੰ ਕਰ, ਇੱਥੋਂ ਨਹੀਂ ਅਸੀਂ ਤੈਨੂੰ ਰੋਕਦੇ। ਚਲੋ ਠੀਕ ਆ ਮੰਮੀ ਜੀ, ਮੈਂ ਨਾ ਜੋਬ ਵਾਸਤੇ ਹੁਣ ਔਨਲਾਈਨ ਅਪਲਾਈ ਕਰ ਦਿੰਦੀ ਹਾਂ। ਆਹੋ ਚੱਲ ਠੀਕ ਆ। ਹੈਲੋ, ਸਤਿ ਸ਼੍ਰੀ ਅਕਾਲ ਸਰ। ਹਾਂਜੀ, ਜੋਬ ਵਾਸਤੇ ਕਰਨੀ ਹੈ ਅਪਲਾਈ। ਚਲੋ ਠੀਕ ਆ। ਲੈ ਧੀਏ, ਚਾਹ ਪੀ ਲਾ, ਬੈਠੋ। ਕਿੱਦਾਂ ਬਣਿਆ ਤੇਰਾ ਕੋਈ ਕੰਮ? ਮੰਮ ਜੀ, ਦੋ ਤਿੰਨ ਜਗ੍ਹਾ ਕੀਤਾ ਅਪਲਾਈ ਤੇ ਕੱਲ ਪਰਸੋਂ ਤੱਕ ਆ ਜਾਏਗਾ ਫੋਨ। ਚੱਲ ਰੱਬ ਕਰੇ ਮੇਰੀ ਧੀ ਦਾ ਕਿਤੇ ਨੌਕਰੀ ਦਾ ਕੰਮ ਬਣ ਜੇ। ਹਾਂਜੀ ਮੰਮ ਜੀ, ਜੇ ਇੱਕ ਵਾਰੀ ਨੌਕਰੀ ਲੱਗ ਗਈ ਨਾ ਫਿਰ ਮੇਰਾ ਗੁਜ਼ਾਰਾ ਹੋ ਜਾਇਆ ਕਰਨਾ, ਫਿਰ ਮੈਂ ਕਿਸੇ ਵੱਲ ਵੇਖਾਂਗੀ ਨਹੀਂ। ਹਾਂ ਧੀਏ, ਪਰਮਾਤਮਾ ਕਰੇ ਤੇਰੀ ਨੌਕਰੀ ਲੱਗ ਜੇ, ਤੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਾ ਪਵੇ, ਆਪਣਾ ਤੂੰ ਆਪ ਹੀ ਕਰ ਸਕੇ ਜਿਹੜਾ ਕੰਮ। ਹਾਂਜੀ ਚੱਲ ਪੀ ਲਾ ਚਾਹ ਫਿਰ। ਨਾਲੇ ਇੱਕ ਵਾਰੀ ਨਾ ਮੈਂ ਉਹ ਮੁਕਾਮ 'ਤੇ ਪਹੁੰਚਣਾ ਜਿੱਥੇ ਉਹਨਾਂ ਨੂੰ ਲੱਗੇ ਕਿ ਉਹਨਾਂ ਨੇ ਕਿੰਨਾ ਗਲਤ ਕੀਤਾ ਮੈਨੂੰ ਇੱਥੇ ਭੇਜ ਕੇ। ਹਾਂ ਪੁੱਤ, ਇਹ ਤਾਂ ਹੈ ਹੀ ਆ। ਚਲੋ ਪੀ ਲਓ ਚਾਹ। ਹੈਲੋ, ਹਾਂਜੀ ਹਾਂਜੀ, ਮੈਂ ਸੰਦੀਪ ਹੀ ਬੋਲਦੀ ਹਾਂ।
हाँ जी सर, मैं ही अप्लाई किया। चलो ठीक है, मैं कल सवेरे आ जाऊंगी। हाँ जी, 10 बजे आ जाऊंगी। ओके संदीप, किधर आया फोन? मम्मी जी, खालसा कॉलेज तो फोन आया। अच्छा, मैं जॉब वास्ते अप्लाई किया है ना। हाँ, तो कल इंटरव्यू लिए बुलाया। चल शुक्र है परमात्मा दा, तेरी भी कितने गल बन जाए नौकरी दी, तो चंगी गल ही आ। हाँ जी मम्मी जी, नौकरी मिल जाए ना तो मेरा तो नमन का गुजारा सौखा हो जाएगा। होर नमन की पढ़ाई का किन्ना खर्चा होना वा, तो सौखा हो जूगा काम। वधिया वा, किन्ने बजे बुलाया सवेरे? 10 बजे। चल ठीक है, टाइम ना चल जाई, फिर तैयार होके। हाँ जी, मैं चल जाऊंगी। हाँ ठीक है।